ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਅੱਜ ਆਪਾਂ ਡਿਸਕਸ ਕਰਾਂਗੇ ਜੀ ਜਿਹੜੇ ਬੱਚਿਆਂ ਦੀ ਕਾਉਂਸਲਿੰਗ ਬਾਕੀ ਆ ਸਟਾਫ ਨਰਸ ਵਾਲਿਆਂ ਦੀ 21 22 23 ਠੀਕ ਹੈ ਜੀ ਕਿਹੜੀਆਂ-ਕਿਹੜੀਆਂ categories ਦੀ ਬਾਕੀ ਆ ਤੇ 21 ਤਰੀਕ ਨੂੰ ਕਿਹੜੇ ਕਿਹੜੇ ਵਿੱਚ ਵੈਰੀਫਿਕੇਸ਼ਨ ਲਈ ਜਾਣਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਵੀ ਸਟੂਡੈਂਟ ਹੈ ਆਪਾਂ ਹਨ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬ ਲਵੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਨਾਲ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤੇ ਹੋਇਆ ਜੀ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਚੈਨਲਾਂ ਦੇ ਉਹਨਾਂ ਨੂੰ ਵੀ ਜ਼ਰੂਰ ਜੁਆਇਨ ਕਰ ਲਵੋ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਿਸਟ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ 21 ਤਰੀਕ ਨੂੰ ਜਿਹੜਾ ਸ਼ਡਿਊਲ ਆ ਉਹ ਤੁਸੀਂ ਦੇਖ ਸਕਦੇ ਹੋ ਜੀ 1001 ਨੰਬਰ ਤੋਂ ਲੈ ਕੇ ਰੈਂਕ ਤੋਂ ਲੈ ਕੇ ਅ ਸਟਾਰਟ ਹੋ ਰਿਹਾ ਵਾ ਜੀ 48 ਨੰਬਰ ਨੇ ਜੀ 48 ਨੰਬਰ ਵਾਲਿਆਂ ਦਾ ਤੇ ਕੈਟਾਗਰੀ ਆ ਜੀ 15 BC ਪੰਜਾਬ ਠੀਕ ਆ ਜੀ ਸੋ 101 ਨੰਬਰ ਤੋਂ ਲੈ ਕੇ ਜਿਹੜੇ 1200 ਰੈਂਕ ਤੱਕ ਬੱਚੇ ਆ ਉਹ ਜਾਣਗੇ ਇਹਦੇ ਵਿੱਚ ਕੈਟਾਗਰੀਆਂ ਕਿਹੜੀਆਂ-ਕਿਹੜੀਆਂ ਇਨਕਲੂਡ ਨੇ ਤੁਸੀਂ ਦੇਖ ਸਕਦੇ ਹੋ ਬੀਸੀ ਪੰਜਾਬ ਵਾਲੇ ਬੱਚੇ ਨੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਸ ਐਸਐਮ ਪੰਜਾਬ ਸੈਲਫ ਇਸ ਐਸਐਮ ਪੰਜਾਬ ਡਿਪੈਂਡੈਂਟ ਠੀਕ ਹੈ ਜੀ ਇਹ ਵੀ ਬੱਚੇ ਕੈਟਾਗਰੀ ਦੇ ਵਿੱਚ ਇਨਕਲੂਡ ਨੇ ਜਿਹੜੇ 21 ਤਰੀਕ ਨੂੰ ਜਾ ਰਹੇ ਆ ਤੇ ਇਸ ਐਸਐਮ ਪੰਜਾਬ 18 ਐਸਸੀਐਮ ਐਮਐਨ ਵੀ ਇਸ ਐਸਐਮ ਪੰਜਾਬ ਸੈਲਫ ਠੀਕ ਹੈ ਜੀ ਇਹ ਵੀ ਇਹ ਵਿੱਚ ਹੀ ਨੇ ਤੇ 21 ਤਰੀਕ ਨੂੰ ਆਪਾਂ ਦੇਖ ਲੈਣੇ ਆ ਜੀ 1200 ਆ ਦੇਖੋ 1200 ਤੱਕ ਬੱਚਾ ਜਾ ਰਿਹਾ ਠੀਕ ਹੈ ਜੀ 1200 ਨੰਬਰ ਤੱਕ 21 ਤਰੀਕ ਨੂੰ ਜਾ ਰਿਹਾ ਤੇ ਉਸ ਤੋਂ ਬਾਅਦ ਵਾਲੇ 22 ਨੂੰ ਉਹਨਾਂ ਦੀ ਆਪਾਂ ਵੀਡੀਓ ਅਲੱਗ ਤੋਂ ਬਣਾਵਾਂਗੇ ਡਿਸਕਸ ਕਰਾਂਗੇ ਸੋ 22 ਤਰੀਕ ਨੂੰ ਜੀ ਕਿੰਨੇ ਨੰਬਰ ਆ 33.75 ਨੰਬਰ ਆ ਸੋ 21 ਐਸਸੀ ਆਰ ਐਂਡ ਆਈ ਐਸਐਮ ਪੰਜਾਬ ਡਿਪੈਂਡੈਂਟ ਹੈ ਕਾਫੀ ਕੈਟਾਗਰੀਆਂ ਨੇ ਸੋ ਬੱਚੇ ਜਿਹੜੇ 1 1000 ਰੈਂਕ ਤੋਂ ਲੈ ਕੇ 1200 ਰੈਂਕ ਦੇ ਵਿੱਚ ਆਉਂਦੇ ਆ ਉਹ ਆਪਣਾ ਸ਼ਡਿਊਲ ਚੈੱਕ ਕਰ ਲੈਣ ਜੀ ਲਿਸਟ ਆਪਣੇ ਟੈਲੀਗ੍ਰam ਚੈਨਲ ਤੇ ਪੀਡੀਐਫ ਅਪਲੋਡ ਕੀਤੀ ਆ ਸੋ ਇਹਨਾਂ ਨੂੰ ਸਾਰਿਆਂ ਨੂੰ ਬੈਸਟ ਆਫ ਲੱਕ ਆ ਜੀ ਆਪਦਾ ਸ਼ਡਿਊਲ ਤੇ ਆਪਦੀ ਟਾਈਮਿੰਗ ਚੈੱਕ ਕਰ ਲੈਣ ਬਾਕੀ ਡਾਕੂਮੈਂਟ ਕਿਹੜੇ-ਕਿਹੜੇ ਲੈ ਜਾਣੇ ਉਹਨਾਂ ਤੇ ਆਪਾਂ ਲੱਗ-ਲੱਗ ਵੀਡੀਓ ਟਾਈਮ-ਟਾਈਮ ਤੇ ਬਹੁਤ ਵੀਡੀਓ ਬਣਾਈਆਂ ਹੋਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਇੰਪੋਰਟੈਂਟ ਨੋਟੀਫਿਕੇਸ਼ਨ ਦੇ ਨਾਂ ਤੇ ਆਪਾਂ ਪਲੇਲਿਸਟ ਬਣਾਈ ਹੋਈ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਬੱਚੇ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ 21 ਤਰੀਕ ਨੂੰ ਇਹ ਆਪਦਾ ਸ਼ਡਿਊਲ ਚੈੱਕ ਕਰ ਲੈਣ ਤੇ ਧਿਆਨ ਨਾਲ ਜਿਨ੍ਹਾਂ ਦਾ ਨਾਮ ਆਇਆ ਹੋਇਆ ਡਾਕੂਮੈਂਟ ਵੈਰੀਫਿਕੇਸ਼ਨ ਜ਼ਰੂਰ ਕਰਵਾ ਕੇ ਆਉਣ ਠੀਕ ਹੈ ਜੀ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਤੇ ਨਵੀਂ ਅਪਡੇਟ ਲੈ ਕੇ ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲੈਂਟ